ਤਾਂ ਬੇਟੇ ਅੱਜ ਦਾ ਸਾਡਾ ਟੌਪਿਕ ਜਿਹੜਾ ਹੈਗਾ ਨਾ ਸੁਣ ਲਿਓ ਗੱਲ ਨੂੰ ਅੱਜ ਦਾ ਟੌਪਿਕ ਆ ਸਾਡਾ ਇਲੈਕਟ੍ਰਿਕ ਫੀਲਡ ਇਲੈਕਟ੍ਰਿਕ ਫੀਲਡ ਦੇਖੋ ਜਿਹੜੀ ਸਾਡੀ ਫਸਟ ਯੂਨਿਟ ਆ ਫਸਟ ਯੂਨਿਟ ਦੇ ਬੇਟਾ ਦੋ ਹਿੱਸੇ ਆ ਇਹ ਮੈਂ ਪਹਿਲਾਂ ਵੀ ਗੱਲ ਕਰੀ ਸੀ ਪਹਿਲਾ ਪਾਰਟ ਇਲੈਕਟ੍ਰਿਕ ਫੀਲਡਸ ਦੂਜਾ ਚਾਰਜ ਪੋਟੈਂਸ਼ੀਅਲ ਐਂਡ ਕਪੈਸਿਟੈਂਸ ਦੂਜਾ ਪਾਰਟ ਪੋਟੈਂਸ਼ੀਅਲਸ ਐਂਡ ਕਪੈਸਿਟੈਂਸ ਹਜੇ ਉੱਥੇ ਤੱਕ ਨਹੀਂ ਗਏ ਆਪਾਂ ਫਿਰ ਇਲੈਕਟ੍ਰਿਕ ਫੀਲਡ ਦੇ ਤਿੰਨ ਹਿੱਸੇ ਆ ਪਹਿਲਾ ਕੂਲਮਸ ਲਾ ਚਾਰਜਸ ਐਂਡ ਕੂਲਮਸ ਲਾ ਆਪਾਂ ਕਰਕੇ ਆ ਦੂਸਰਾ ਇਲੈਕਟ੍ਰਿਕ ਫੀਲਡ ਜਿਹੜਾ ਚੱਲਿਆ ਹੁਣ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਡਿਊ ਟੂ ਅ ਪੁਆਇੰਟ ਚਾਹੇ ਸਰਕੂਲਰ ਲੂਪ ਸਾਰੀ ਸਟੱਡੀ ਕਰਾਂਗੇ ਤੇ ਤੀਸਰਾ ਹੋਊਗਾ ਗੌਸ ਥਰਮ ਠੀਕ ਆ ਗੌਸ ਥਰਮ ਤੇ ਜਾ ਕੇ ਆਪਣਾ ਇੱਕ ਪਾਰਟ ਕੰਪਲੀਟ ਹੋਊਗਾ ਫਿਰ ਉਸ ਤੋਂ ਬਾਅਦ ਪੋਟੈਂਸ਼ੀਅਲ ਤੇ ਕਪੈਸਿਟੈਂਸ ਸੈਕੰਡ ਪਾਰਟ ਸਟਾਰਟ ਕਰਦਾ ਜਿਹੜੇ ਆਪਣੀ ਐਪਲੀਕੇਸ਼ਨ ਵੀਡੀਓਜ ਆ ਮੈਨੂੰ ਲੱਗਦਾ ਇੱਕ ਜਾਂ ਦੋ ਬੱਚਿਆਂ ਕੋਲੇ ਨਹੀਂ ਹੋਣੇਗੇ ਅਜੇ ਤੁਹਾਡੇ ਚੋਂ ਠੀਕ ਆ ਉਹਨਾਂ ਨੂੰ ਬੇਟਾ ਅੱਜ ਉਹਦਾ ਕਰਕੇ ਨਾ ਕੋਸਟ ਡਾਊਨ ਤੇ ਉਹ ਤੁਹਾਨੂੰ ਅਵੇਲੇਬਲ ਕਰਵਾ ਦਾਂ ਓਕੇ ਤੇ ਇਹ ਤੁਸੀਂ ਜਦੋਂ ਦੇਖ ਲਿਓ ਕੋਈ ਚੱਕਰ ਨਹੀਂ ਉਹ ਕੰਟੈਂਟ 'ਚ ਮਿਲਣਗੇ ਇਸ ਤੋਂ ਇਲਾਵਾ ਰਿਕਾਰਡ ਵੀਡੀਓ ਪੰਜਾਬੀ ਦਾ ਹੈ ਠੀਕ ਆ ਇਹ ਤੁਸੀਂ ਜਦੋਂ ਮਰਜ਼ੀ ਆਪਣਾ ਦੇਖਦੇ ਆ ਜਾਓ ਇਲੈਕਟ੍ਰਿਕ ਫੀਲਡ ਇਲੈਕਟ੍ਰਿਕ ਫੀਲਡ ਚੀਜ਼ ਕੀ ਆ ਫੀਲਡ ਫੀਲਡ ਦਾ ਰੀਜਨ ਏਰੀਆ ਫੀਲਡ ਦਾ ਮਤਲਬ ਬੜਾ ਏਰੀਆ ਠੀਕ ਹੈ ਨਾ ਐਗਜ਼ਾਮਪਲ ਦੇ ਤੌਰ ਤੇ ਜਿੱਦਾਂ ਮੰਨ ਲਓ ਵੀ ਮੈਂ ਇਸ ਰੂਮ 'ਚ ਪੜ੍ਹਾ ਰਿਹਾ ਰੂਮ ਮੇਰਾ ਟੀਚਰ ਫੀਲਡ ਆ ਇਸ ਵਿੱਚ ਜੇ ਕੋਈ ਬੱਚਾ ਆਊਗਾ ਤਾਂ ਇਨਫਲੂਐਂਸ ਹੋਊਗਾ ਠੀਕ ਆ ਮਤਲਬ ਕਹਿਣ ਦਾ ਵੀ ਮੈਨੂੰ ਦਬਕਾ ਮਾਰਤਾ ਉਹ ਇੱਧਰ ਨੂੰ ਉਰੇ ਆ ਤਾਂ ਉਹਨੂੰ ਆਉਣਾ ਪਊ ਬਿਕੋਜ਼ ਉਹ ਮੇਰੇ ਟੀਚਰ ਫੀਲਡ ਦੇ ਵਿੱਚ ਆ ਠੀਕ ਹੈ ਜੇ ਮੈਨੂੰ ਆਖਿਆ ਵੀ ਤੂੰ ਉਹਨੂੰ ਲਿਖਣਾ ਪਊ ਬਿਕੋਜ਼ ਉਹ ਮੇਰੇ ਟੀਚਰ ਫੀਲਡ ਦੇ ਵਿੱਚ ਮੇਰੀ ਗੱਲ ਸਮਝ ਰਹੇ ਕਿ ਨਹੀਂ ਸਮਝ ਰਹੇ ਉਸੇ ਤਰੀਕੇ ਦੇ ਨਾਲ ਇੱਕ ਪੁਆਇੰਟ ਚਾਰਜ ਜਿਹੜਾ ਆ ਉਸ ਪੁਆਇੰਟ ਚਾਰਜ ਦੇ ਆਲੇ ਦੁਆਲੇ ਇੱਕ ਏਦਾਂ ਦਾ ਰੀਜਨ ਜਿਹੜੇ ਰੀਜਨ ਦੇ ਵਿੱਚ ਜੇ ਕੋਈ ਹੋਰ ਬਾਹਰੋਂ ਇੱਕ ਚਾਰਜ ਆਵੇ ਠੀਕ ਆ ਤਾਂ ਉਹਨੂੰ ਫੋਰਸ ਐਕਸਪੀਰੀਅੰਸ ਹੋਊਗਾ ਜਾਂ ਤਾਂ ਉਹ ਅਟਰੈਕਟ ਕਰੂਗਾ ਜਾਂ ਰਿਪੈਲ ਕਰੂਗਾ ਉਸ ਪਰਟੀਕੂਲਰ ਸਪੇਸ ਨੂੰ ਇਲੈਕਟ੍ਰਿਕ ਫੀਲਡ ਬੋਲੂੰਗਾ ਜਿਹੜਾ ਕਿ ਇੱਕ ਚਾਰਜ ਦੇ ਆਲੇ ਦੁਆਲੇ ਹੁੰਦਾ ਹੈ ਇਹ ਇੱਕ ਪੁਆਇੰਟ ਚਾਰਜ ਦੇ ਆਲੇ ਦੁਆਲੇ ਵੀ ਹੁੰਦਾ ਹੈ ਇੱਕ ਚਾਰਜ ਡਿਸਟ੍ਰੀਬਿਊਟ ਦੇ ਆਲੇ ਦੁਆਲੇ ਵੀ ਹੁੰਦਾ ਹੈ ਪੁਆਇੰਟ ਚਾਰਜ ਦੇ ਆਲੇ ਦੁਆਲੇ ਵੀ ਹੁੰਦਾ ਔਰ ਚਾਰਜ ਡਿਸਟ੍ਰੀਬਿਊਸ਼ਨ ਦੇ ਆਲੇ ਦੁਆਲੇ ਵੀ ਹੁੰਦਾ ਇਹ ਗੱਲ ਦਾ ਖਾਸ ਖਿਆਲ ਕਰਿਓ ਠੀਕ ਹੈ ਆ ਜਾਓ ਮੇਰੇ ਕੋਲੇ ਪਹਿਲੀ ਡੈਫੀਨੇਸ਼ਨ ਇਹਦੀ ਲਿਖੋ ਇਲੈਕਟ੍ਰਿਕ ਫੀਲਡ ਸ਼ਾਬਾਸ਼ ਸ਼ੇਰ ਬਣ ਜਾਓ ਲਿਖੋ ਇਲੈਕਟ੍ਰਿਕ ਫੀਲਡ ਇਲੈਕਟ੍ਰਿਕ ਕੀ ਆ ਲਿਖ ਦਿਓ ਸਪੇਸ ਅਰਾਊਂਡ ਦ ਸਪੇਸ ਅਰਾਊਂਡ ਆ ਚਾਰਜ ਇੱਕ ਚਾਰਜ ਦੇ ਅਰਾਊਂਡ ਇੱਕ ਚਾਰਜ ਜਾਂ ਚਾਰਜ ਡਿਸਟ੍ਰੀਬਿਊਸ਼ਨ ਹੁਣ ਚਾਰਜ ਡਿਸਟ੍ਰੀਬਿਊਸ਼ਨ ਨਵਾਂ ਸਵਾਲ ਆ ਗਿਆ ਤੁਹਾਡੇ ਸਾਹਮਣੇ ਵੀ ਇੱਕ ਤਾਰ ਆ ਇਸ ਤਾਰ ਨੂੰ ਮੈਂ ਚਾਰਜ ਦੇਤਾ ਚਾਰਜ ਉਸ ਤਾਰ ਸਾਰ ਵੰਡਿਆ ਗਿਆ ਇਹਨੂੰ ਬੋਲਦੇ ਚਾਰਜ ਡਿਸਟ੍ਰੀਬਿਊਸ਼ਨ ਠੀਕ ਹੈ ਮੈਂ ਕੋਈ ਗੋਲਾ ਆਇਆ ਸਫੀਅਰ ਸਫੀਅਰ ਨੂੰ ਚਾਰਜ ਦਿੱਤਾ ਉਹ ਸਾਰੇ ਗੋਲੇ 'ਚ ਵੰਡਿਆ ਗਿਆ ਉਹਨੂੰ ਚਾਰਜ ਡਿਸਟ੍ਰੀਬਿਊਸ਼ਨ ਬੋਲ ਦਿੰਦੇ ਤਾਂ ਉਹ ਵੀ ਵਾਲੇ ਦੀ ਸਪੇਸ ਹੋਊਗਾ ਕੋਈ ਚਾਰਜ ਜਾਂ ਚਾਰਜ ਡਿਸਟ੍ਰੀਬਿਊਸ਼ਨ ਵਾਲੇ ਸਪੇਸ ਜਿਹਦੇ ਵਿੱਚ ਬਾਹਰੋਂ ਚਾਰਜ ਲੈ ਕੇ ਆਵਾਂ ਤਾਂ ਉਹ ਫੋਰਸ ਕ੍ਰੀਏਟ ਕਰੂਗਾ ਓਕੇ ਲਿਖ ਦਿਓ ਇਹ ਗੱਲ ਦਾ ਸਪੇਸ ਅਰਾਊਂਡ ਆ ਚਾਰਜ ਅਬਲੀਕ ਚਾਰਜ ਡਿਸਟ੍ਰੀਬਿਊਸ਼ਨ In which any other charge experiences ਜਿਹਦੇ ਵਿੱਚ ਕੋਈ ਬਾਹਰੋਂ ਜੇ ਚਾਰਜ ਆਵੇ ਤਾਂ ਫੋਰਸ ਐਕਸਪੀਰੀਅੰਸ ਕਰੂਗਾ ਔਰ ਇਹ ਫੋਰਸ ਕਿਹੜਾ ਫੋਰਸ ਦਾ ਨਾਮ ਕੀ ਹੈ ਬੇਟਾ ਇਹਦਾ ਨਾਮ ਹੈ ਕੂਲਮ ਫੋਰਸ ਠੀਕ ਹੈ ਐਨੀ ਅਦਰ ਐਕਸਪੀਰੀਅੰਸਿਸ ਐਂਡ ਇਲੈਕਟ੍ਰੋਸਟੈਟਿਕ ਫੋਰਸ ਲਿਖ ਦੋ ਕੂਲਮ ਫੋਰਸ ਲਿਖ ਦੋ ਗੱਲ ਐਕਸਪੀਰੀਅੰਸ ਐਂਡ ਇਲੈਕਟ੍ਰੋਸਟੈਟਿਕ ਫੋਰਸ ਇਸ ਕਾਲਡ ਐਜ਼ ਇਲੈਕਟ੍ਰਿਕ ਫੀਲਡ ਇਹਨੂੰ ਇਲੈਕਟ੍ਰਿਕ ਫੀਲਡ ਬੋਲਦੇ ਆ ਡੈਫੀਨੇਸ਼ਨ ਬਹੁਤ ਇੰਪੋਰਟੈਂਟ ਹੈ ਨਹੀਂ ਪੇਪਰ 'ਚ ਤੁਹਾਨੂੰ ਕਿਸੇ ਨੇ ਇੰਨਾ ਵਟ ਇਜ਼ ਇਲੈਕਟ੍ਰਿਕ ਫੀਲਡ ਸਮਝ ਆ ਰਹੀ ਨਾ ਗੱਲ ਬਟ ਫਿਰ ਵੀ ਆਪਾਂ ਆਤੀ ਆ ਖਾਨੇ 'ਚ ਗੱਲ ਬਿਠਾ ਲੈਣੀ ਚੀਜ਼ ਕੀ ਆ ਡਾਇਗਰਾਮ ਬਣੇ ਜ਼ਿਆਦਾ ਕਲੀਅਰ ਹੋ ਜੂ ਮੰਨ ਲਓ ਵੀ ਆ ਪਲੱਸ ਕਿਊ ਚਾਰਜ ਕਿਹੜਾ ਚਾਰਜ ਆ ਪਲੱਸ ਕਿਊ ਇੱਥੇ ਪਿਆ ਇਹਦੇ ਆਲੇ ਦੁਆਲੇ ਇੱਕ ਰੀਜਨ ਜਿਹੜੇ ਰੀਜਨ ਦੇ ਵਿੱਚ ਇਹਦਾ ਰਾਜ ਚੱਲਦਾ ਠੀਕ ਆ ਇਹ ਰੀਜਨ ਮੈਂ ਇੱਥੇ 2 ਡਾਇਮੈਂਸ਼ਨ ਬਣਾਇਆ ਐਕਚੁਅਲ 'ਚ 3 ਡਾਇਮੈਂਸ਼ਨ ਦੇ ਵਿੱਚ ਸਫੀਅਰ ਹੋਊਗਾ ਕਿਉਂਕਿ ਇਹ ਪੁਆਇੰਟ ਚਾਰਜ ਆ ਠੀਕ ਆ ਮੰਨ ਲਓ ਇੱਕ ਤਾਰ ਹੋਵੇ ਤਾਂ ਤਾਰ ਵਾਲੇ ਇੱਕ ਸਿਲੰਡਰ ਬਣੂਗਾ ਜਿੱਥੇ ਤੱਕ ਬਾਹਰੋਂ ਚਾਰਜ ਆ ਮੰਨ ਲਓ ਕਿ ਇੱਕ ਚਾਰਜ ਨੂੰ ਮੈਂ ਬਾਹਰੋਂ ਲੈ ਕੇ ਆ
लिया के मैं इतने रखता एंटर कराता इतने एक चार्ज इतों तक कोई फोर्स नहीं लगना जो इस रीजन के इतने पहुंचा तो नालों की फोर्स एक्सपीरियंस होना शुरू हो गया मतलब इस रीजन जो लैके आया तो फोर्स लगेगा हम मान लो चार्ज का नाम प्लस क्यू नॉट यदि खासियत मैं हूँ ही दसूंगा तो प्लस क्यू नॉट चार्ज ले लिया मैं ठीक है प्लस क्यू नॉट चार्ज जो मैं लिया के रखा ठीक है इतनी डिस्टेंस से तो यह उन्होंने धक्का मार यह फोर्स लगेगा बाहर वालों धक्का मारूगा चल परे मेरे वाल की करना जे तुसी नैगेटिव चार्ज लैके आओगे तो नैगेटिव चार्ज दे वालों अट्रैक्ट होगा ओके फोर्स करूंगा तो मैं बोलूँ जे फोर्स एक्सपीरियंस हो गया मैं बोलूंगा इस रीजन इलैक्ट्रिक फील्ड की बोलूंगा बेटा इन नोट करी चार्ज दी नाल दिस इज इलैक्ट्रिक फील्ड ये साडा इलैक्ट्रिक फील्ड आ मेरी पूरी उम्मीद है तुहानू समझ आ गया इलैक्ट्रिक फील्ड तो बाद मैं पता करना कि इलैक्ट्रिक फील्ड तकड़ा किन्ना इलैक्ट्रिक स्ट्रोंग किन्ना उहदी स्ट्रेंथ किदां पता करांगे इह पता लग गया भी आ रीजन इलैक्ट्रिक फील्ड आ हुण मैनूं नहीं पता लगूगा भी स्ट्रोंग किन्ना ठीक है जे मैं स्ट्रेंथ पता करनी आ स्ट्रेंथ नूं इलैक्ट्रिक फील्ड स्ट्रेंथ बोलदे आ जां उहनूं इलैक्ट्रिक फील्ड इंटेंसिटी बोलदे आ तां साडी अगली डेफिनेशन आऊगी लिखियो इलैक्ट्रिक फील्ड intensity this is the new definition electric field intensity ya electric field strength likh lo theek hai oblique pa ke electric field likh lo electric field di intensity pata karni hai apan ne dhyan naal suno gal nu jehda na charge da area hunda aa wala badi important dasan lagya tuhanu je area hai oh king aa king aa is the king aa okay inu bolde hai source charge ये राजा है राजे बोलते सोर्स चार्ज सोर्स है सारे का क्लीयर जिदी चैकिंग करनी बोलते बोलते टेस्ट चार्ज हम जी टेस्ट चार्ज बेसिक डेफिनेशन वो की बोलती है टेस्ट चार्ज की बेसिक डेफिनेशन दो बोलती है पहली गल टेस्ट चार्ज वड्डा नहीं होना चाहिए पहली गल टेस्ट चार्ज मस्ट बी वेरी स्मॉल बड़ा छोटा जिहा इन्ना छोटा कि वह इनू ना धक्का मारे सिर्फ यही उन्होंने धक्का मारे क्लीयर इन अफेक्ट करे ये अफेक्ट कर ले कोई दिक्कत नहीं टेस्ट चार्ज की डेफिनेशन ये ही सब कुछ ना समझ आ रही गल टेस्ट चार्ज सिर्फ चेक करने वास्ते होंगे ओके तो आह वाला जो चार्ज हैगा साडा यह सोर्स टेस्ट चार्ज है टेस्ट चार्ज की खासियत की है पेज बदली था है पेज उपर खाली थान से लिखो पेज के उपर खाली था होंगे उत्थे लिखो टेस्ट चार्ज खासियत दस रहा मैं तुहानू टेस्ट चार्ज की बेसिक कंडीशन पहला इट मस्ट बी पॉजिटिव पॉजिटिव होना जरूरी है असी टेस्ट की बेसिक डेफिनेशन च ये गल आ कि चार्ज पॉजिटिव होंदा नैगेटिव होंदा नहीं नंबर दो इनफाइनाइटेसिमली स्मॉल बड़ा छोटा जमा निका जहा यह दो चीजा चार्ज की खासियत हमेशा मतलब एक टेस्ट चार्ज पॉजिटिव होता और बहुत छोटा होता कुछ शक किसी भी क्लियर नोट कर आज हुण टेस्ट चार्ज इनू मैं इस रीजन ते भी ले आवां इत्थे ले आवां इत्थे ले आवां इत्थे ले आवां जिथे मर्जी आवां घर दा राज अपना जिथे भी रखांगे उत्थे मैं कहां भी इलैक्ट्रिक फील्ड किन्ना क तकड़ा किन्ना क स्ट्रोंग इलैक्ट्रिक फील्ड दी इंटेंसिटी पता करनी है बड़ा सौखा काम इहदे ते लगण वाला फोर्स पता करो इन्ने नूं धक्का मारिया फोर्स लग्या एफ वेक्टर जिन्ना फोर्स लग्या उहदे डिवाइड बाय टेस्ट चार्ज कर दो यानी फोर्स एक्सपीरियंस्ड पर यूनिट टेस्ट चार्ज यूनिट टेस्ट चार्ज जितना फोर्स लग्या उन्नू बोलते इलैक्ट्रिक फील्ड डेंसिटी एट दिस पॉइंट यह पॉइंट इस रीजन दे विच होगा इहदे बाहर होगा यह रीजन दे विच होगा जिहड़े रीजन में इलैक्ट्रिक फील्ड बोला गल क्लीयर आ यह पॉइंट तुसीं इत्थे 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 रखदे तुहाडे घर दा राज आ मैं इहदा नहीं मैं इत्थे दा इत्थे ही पिया रहिण दिंदा दिस इज पॉइंट यह पॉइंट पी आ और पी पॉइंट ते जिहड़ा फोर्स लगदा उस फोर्स दी वैल्यू बेटा एफ वैक्टर आ ਇਹ ਰਿਪਲਸ਼ਨ ਦਾ ਫੋਰਸ ਲੱਗਿਆ ਬਿਕੋਜ਼ ਆ ਵੀ ਪੋਜ਼ਿਟਿਵ ਆ ਤੇ ਆ ਵੀ ਪੋਜ਼ਿਟਿਵ ਆ
जे आ नैगेटिव होया सो चार्ज नैगेटिव हो जाता, टेस्ट चार्ज हमेशा पॉजिटिव, बेसिक डेफिनेशन है इसकी, टेस्ट चार्ज हमेशा पॉजिटिव, सोर्स नेगेटिव है तो अट्रैक्शन होगा, सोर्स पॉजिटिव है तो रिपल्शन होगा, ठीक है। आज इलेक्ट्रिक फील्ड इंटेंसिटी की होंगी है, लिखियो इलेक्ट्रिक फील्ड इंटेंसिटी, द इलेक्ट्रिक फील्ड इंटेंसिटी एट एनी पॉइंट, इलेक्ट्रिक फील्ड इन द इलेक्ट्रिक फील्ड ऑफ सोर्स चार्ज, बेटे सोर्स चार्ज दे इलेक्ट्रिक फील्ड दे विच, आ सोर्स चार्ज आ साडा, इहदे इलेक्ट्रिक फील्ड दे किसी भी पॉइंट पी ते, जे मैं इलेक्ट्रिक इंटेंसिटी पता कर होवे तो इंटेंसिटी किन्नी आ, द इलेक्ट्रिक फील्ड इंटेंसिटी एट एनी पॉइंट इन द इलेक्ट्रिक फील्ड ऑफ द सोर्स चार्ज इज इक्वल टू, एथो डेफिनेशन स्टार्ट होंदी है, अजे तक कहानी पाई है, इहदे इक्वल इलेक्ट्रोस्टैटिक फोर्स एक्सपीरियंस्ड पर यूनिट टेस्ट चार्ज इज इक्वल टू इलेक्ट्रोस्टैटिक फोर्स एक्सपीरियंस्ड पर यूनिट टेस्ट चार्ज, पर यूनिट पॉजिटिव टेस्ट चार्ज, टेस्ट चार्ज हमेशा पॉजिटिव होता है, पर यूनिट पॉजिटिव टेस्ट चार्ज, और टेस्ट चार्ज की डेफिनेशन की है, टेस्ट चार्ज जो इनफाइनाइट है, सी स्मॉल है, इसकी बेसिक डेफिनेशन बोलती है, ठीक है, प्रोवाइडेड दैट इट इज वेरी स्मॉल, क्लियर है, प्रोवाइडेड दैट कंडीशन नाल ही लिख दो, टेस्ट चार्ज इज वेरी स्मॉल, आ चलो इलेक्ट्रिक फील्ड इंटेंसिटी की डेफिनेशन होगी, डेफिनेशन की है, इन्नी डेफिनेशन ही है, इलेक्ट्रोस्टैटिक फोर्स एक्सपीरियंस्ड पर यूनिट पर टेस्ट चार्ज, आही डेफिनेशन है साड़ी, बाकी सारी स्टोरी है जिहड़ी दी हेल्प करदी है लिखण, ओके आ जाओ, तो मेरे को इट इज डिनोटेड बाय ई, डिनोटेड बाय ई, कैपिटल ई नाल डिनोट करांगे, इट इज अ वैक्टर, ई ई सारी गल सुन लो, तुसी ई नूं इदां नहीं गलत आ, क्योंकि इदां तां असीं एप्साइलन यूज करदे आ, एप्साइलन ते ई हुंदा पता ही है तुहानूं, सारिआं नूं इलैक्ट्रिक फील्ड नूं ई कैपिटल ई नाल डिनोट करांगे, वैक्टर क्वांटिटी आ, वैक्टर चल अगे लिख दिंदे आ, फॉर इलैक्ट्रिक फील्ड ई इज इक्वल टू आया किन्ना आया, एक लिमिट लगी, लिमिट दे विच मैं लिखा क्यू नॉट दी वैल्यू टेंड्स टू जीरो आ, मतलब टेस्ट चार्ज क्यू नॉट दी वैल्यू बहुत छोटी आ, जीरो नहीं गी पर जीरो तो वड्डी भी नहीं, बहुत छोटी आ, टेंड्स टू जीरो लिखा, एक बार जीरो नहीं लिखा, अप्रोचेस टू जीरो बोलते हैं, ये लिमिट लग दी, फॉर्मूला की है, फोर्स अपॉन टेस्ट चार्ज, एफ अपॉन क्यू नॉट, ये सारी डेफिनेशन है बेटा, ये सारी डेफिनेशन है इलेक्ट्रिक फील्ड की, क्योंकि फोर्स एक वैक्टर क्वांटिटी है, इसका मतलब इलेक्ट्रिक फील्ड की वैक्टर क्वांटिटी है, क्योंकि फोर्स एक वैक्टर क्वांटिटी है, इसका मतलब इलेक्ट्रिक फील्ड भी वैक्टर क्वांटिटी, इतने भी वैक्टर ला दो, इतने भी वैक्टर लगा दो, ओके ते नाल थले इलेक्ट्रिक फील्ड इज अ वैक्टर क्वांटिटी, इलेक्ट्रिक फील्ड इज अ वैक्टर क्वांटिटी, जल्दी लिखो, इलेक्ट्रिक फील्ड इज अ वैक्टर क्वांटिटी, इलेक्ट्रिक फील्ड वैक्टर क्वांटिटी है, और इसकी डायरेक्शन जे वैक्टर डायरेक्शन होगी, डायरेक्शन के नु देखो इधर, जिधर फोर्स की डायरेक्शन उधर ही इलेक्ट्रिक फील्ड की डायरेक्शन, बिकॉज विचाले पॉजिटिव साइन आ, कोई होर साइन आया, जिधर फोर्स उधर ही इलेक्ट्रिक फील्ड, रिपल्शन फोर्स बाहर नू लग रहा इलेक्ट्रिक फील्ड, इथे बाहर वाल नू एरो ला के लिख दो, इलेक्ट्रिक फील्ड की डायरेक्शन है, किसी भी बच्चे नू कोई शक हो वे, वो बच्चा अपना क्वेश्चन कर सकता है, बोलिया अगली गल, इट्स डायरेक्शन नाल ही, डायरेक्शन इज अलोंग द डायरेक्शन ऑफ फोर्स, इदी फोर्स दी डायरेक्शन च हुंदी आ, जे फोर्स अट्रैक्टिव तो इलेक्ट्रिक फील्ड भी अंदर होगा, जे फोर्स रिपल्सिव आ इलेक्ट्रिक फील्ड भी बाहर होगा, इस गल का ख्याल रखियो, ठीक है, लिख दो इट्स डायरेक्शन इज अलोंग एफ वैक्टर दे अलोंग, एस आई यूनिट लिखियो, इलेक्ट्रिक फील्ड दी एस आई यूनिट,
अच्छा एक गल होर इहनू इलैक्ट्रिक फ्री कह दिंदे आ। एक बड़ी खास गल भावे इलैक्ट्रिक फील्ड की इंटेंटी आ पर अगे तो आप जिन्हें भी टॉपिक करांगे तो उन्हें यही बोलांगे भी फाइंड आउट इलैक्ट्रिक फील्ड। जे तुहानू इह कहा भी इलैक्ट्रिक फील्ड फाइंड इहदा मतलब इलैक्ट्रिक फील्ड की इंटेंसिटी ही करनी है। ठीक है ना बेटा, इलैक्ट्रिक फील्ड की इंटेंसिटी ही फाइंड कर, इलैक्ट्रिक नहीं फाइंड करना। इलैक्ट्रिक फील्ड एक डेफिनेशन रीजन है, इलैक्ट्रिक फील्ड की इंटेंसिटी कैलकुलेट करनी है। आ जाओ इहदी एसआई यूनिट। एसआई यूनिट की आई बेटा देखो ध्यान दे नाल। एसआई यूनिट आई इलैक्ट्रिक फील्ड इज इक्वल टू बेसिक फोर्स अपॉन टेस्ट चार्ज है ना, लिमिट चल एक बार मैं नहीं लिखा, फोर्स अपॉन टेस्ट, फोर्स की आई न्यूटन, चार्ज दी कूलम, न्यूटन पर कूलम, न्यूटन कूलम इनवर्स, कैपिटल डी कूलम नू न्यूटन कूलम इनवर्स। एक होर यूनिट आ एंड एक होर यूनिट आ वो पर मीटर, वो पर मीटर मैं पोटेंशियल दे चैप्टर च समझा दूंगा। ठीक है, इत्थे तुहानू समझ नहीं आउणी। न्यूटन पर वोल्ट पर मीटर, यह दो यूनिट इलैक्ट्रिक फील्ड दे यूनिट आ, इलैक्ट्रिक फील्ड इंटेंसिटी दे यूनिट आ। कोई शक किसे इहदा डायमेंशन फार्मूला भी नाल उहदी नाल लिख दिना मैं डायमेंशनल फार्मूला। डायमेंशनल फार्मूला की है पुत्र, ई इज इक्वल टू एफ अपॉन क्यू नॉट, फोर्स दा हैगा वन L1 T minus 2 ਪਲਸ ਪੜਿਆ ਸੀ M1 L1 T minus 2 upon charge। ਦੇਖੋ ਚਾਰਜ ਦਾ ਫਾਰਮੂਲਾ ਕਰੰਟ ਤੋਂ ਮਿਲਦਾ, ਧਿਆਨ ਨਾਲ ਸੁਣ। ਕਰੰਟ ਜਿਹੜਾ ਹੈਗਾ ਇਹ ਇੱਕ ਫੰਡਾਮੈਂਟਲ ਕੁਆਂਟੀਟੀ ਆ, ਇਸ ਇਜ਼ ਇਕੁਅਲ ਟੂ ਚਾਰਜ ਅਪੌਨ ਟਾਈਮ। ਕਰੰਟ ਫੰਡਾਮੈਂਟਲ ਕੁਆਂਟੀਟੀ, ਇਹਦੀ ਵੈਲਿਊ ਚਾਰਜ ਅਪੌਨ ਟਾਈਮ। ਤਾਂ ਚਾਰਜ ਦੀ ਵੈਲਿਊ ਆ ਗਈ ਕਰੰਟ ਇੰਟੂ ਟਾਈਮ। ਤਾਂ ਇਹਦਾ ਡਿਮੈਂਸ਼ਨ ਕਰੰਟ ਦਾ ਹੋ ਗਿਆ A1 ਤੇ ਟਾਈਮ ਦਾ ਹੋ ਗਿਆ A1 T1, ਇਹਦੀ ਡਿਮੈਂਸ਼ਨ ਆ ਗਈ A1 T1। ਇਹਨੂੰ ਮੈਂ ਜਸਟ ਕਰਾਂ, ਜੇ ਤਾਂ ਮੇਰੇ ਕੋਲ ਆ ਗਿਆ ਐਮ ਵਨ ਐਲ ਵਨ ਟੀ ਮਾਈਨਸ ਥਰੀ ਏ ਮਾਈਨਸ, ਇਲੈਕਟ੍ਰਿਕ ਫੀਲਡ ਦਾ ਡਿਮੈਂਸ਼ਨਲ ਫਾਰਮੂਲਾ। ਰੱਟਾ ਜਮਾ ਨਹੀਂ ਮਾਰਨਾ, ਰੱਟਾ ਕੋਈ ਨਹੀਂ ਮਾਰਨਾ, ਜੇ ਰੱਟਾ ਮਾਰੋਗੇ ਭੁੱਲੋਗੇ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਹੋਇਆ ਰੱਟਾ ਨਹੀਂ ਮਾਰਨਾ, ਗੱਲ ਨੂੰ ਲੌਜੀਕਲੀ ਸਮਝੋ ਵੀ ਗੱਲ ਹੈ ਕੀ ਆ, ਉਹਨੂੰ ਉਸ ਤੋਂ ਬਾਅਦ ਕੰਟੀਨਿਊ। ਠੀਕ ਹੈ, ਗੱਲ ਨੂੰ ਲੌਜੀਕਲੀ ਸਮਝੋ, ਉਸ ਤੋਂ ਬਾਅਦ ਉਹਨੂੰ ਕੰਟੀਨਿਊ ਕਰੋ। ਆ ਜਾਓ ਇਹ ਤੋਂ ਬਾਅਦ ਮੇਰੇ ਕੋਲ ਜਿਹੜੀ ਨਵੀਂ ਚੀਜ਼ ਆ ਉਹ ਹੈਗੀ, ਮੈਂ ਇਲੈਕਟ੍ਰਿਕ ਫੀਲਡ ਦੀ ਕੁਐਸਚਨ ਕਰਨੀ ਆ, इलैक्ट्रिक फील्ड इंटेंसिटी की कैलकुलेशन करनी। आ केदे करके ड्यू टू अ पॉइंट चार्ज, एक पॉइंट चार्ज करके मैं इलैक्ट्रिक फील्ड की इंटेंसिटी कैलकुलेट करनी। तां देखो ध्यान दे नाल, नवा टॉपिक साडा जिहड़ी ये फार्मूला डिराइव करांगे हुण आपां, यही फार्मूले नूं आपां वार वार यूज करना। ठीक है, तां कई इंपोर्टेंट फार्मूला साडा लिखियो करदा। ਨਾਲੋ ਦੀ ਖਿੱਚ ਦਿਆ ਕਰੋ ਕੰਮ। ਨਵਾਂ ਟੌਪਿਕ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਲਿਖ ਦੋ, ਇਲੈਕਟ੍ਰਿਕ ਫੀਲਡ ਲਿਖ ਲਓ ਕੋਈ ਆ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਐਨੀ ਪੁਆਇੰਟ, ਕਿਸੇ ਵੀ ਪੁਆਇੰਟ ਤੇ, ਕਿਹਦੇ ਕਰਕੇ, ਡਿਊ ਟੂ ਅ ਪੁਆਇੰਟ ਚਾਰਜ, ਐਟ ਐਨੀ ਪੁਆਇੰਟ, ਡਿਊ ਟੂ ਅ ਪੁਆਇੰਟ ਚਾਰਜ, ਇੱਕ ਪੁਆਇੰਟ ਚਾਰਜ ਦਾ ਕਰਕੇ ਮੈਂ ਕਿਸੇ ਪਾਰਟੀਕੁਲਰ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਦਾ ਕੈਲਕੂਲੇਸ਼ਨ ਕਰਨਾ, ਤਾਂ ਮੈਂ ਕਿਵੇਂ ਕਰਾਂ? ਦਿਸ ਇਜ਼ ਦਾ ਕੁਐਸਚਨ, ਇਹ ਸਾਡਾ ਅੱਜ ਦਾ ਸਵਾਲ ਆ, ਬੜਾ ਸਾ ਕੁਐਸਚਨ, ਧਿਆਨ ਨਾਲ ਸੁਣ ਲਿਓ ਗੱਲ। ਮੈਂ ਕੀ ਕੀਤਾ, ਮੈਂ ਇੱਕ ਸਪੇਸ ਦੇ ਵਿੱਚ ਕੋਆਰਡੀਨੇਟ ਫਰੇਮ ਮੰਨਿਆ ਐਕਸ ਵਾਈ ਜ਼ੈਡ, ਆ ਐਕਸ ਆ, ਆ ਵਾਈ ਆ ਤੇ ਆ ਜ਼ੈਡ ਆ, ਇਹਦੇ ਉਰੀ ਤੇ ਇੱਥੇ ਇਸ ਜਗ੍ਹਾ ਤੇ, ਇਸ ਜਗ੍ਹਾ ਤੇ ਮੈਂ ਇੱਕ ਚਾਰਜ ਖਤਾ ਜਿਹਦੇ ਚਾਰਜ ਦਾ ਨਾਮ ਆ ਪਲੱਸ ਕਿਊ, ਚਾਰਜ ਆ ਇੱਥੇ ਪਲੱਸ ਕਿਊ, ਉਹ ਪੁਆਇੰਟ ਤੇ ਪਲੱਸ ਕਿਊ ਚਾਰਜ ਆ। ਪਲੱਸ ਕਿਊ ਸੋਰਸ ਚਾਰਜ ਆ, ਧਿਆਨ ਰੱਖਿਓ, ਪਲੱਸ ਕਿਊ ਕਿਹੜਾ ਚਾਰਜ ਹੈਗਾ, ਸੋਰਸ ਚਾਰਜ, ਕਿਹੜਾ ਚਾਰਜ ਆ ਬੱਚੇ, ਸੋਰਸ, ਇਹਦਾ ਰੀਜਨ ਇਹਦੇ ਆਲੇ ਦੁਆਲੇ ਹੋਊਗਾ। ਠੀਕ ਆ, ਇਹਦਾ ਰੀਜਨ ਇਹਦੇ ਆਲੇ ਦੁਆਲੇ ਹੋਊਗਾ। ਮੈਂ ਕੀ ਕਰਿਆ, ਅੱਜ ਤਾਂ ਲੈ ਕੇ ਇਹਦੇ ਆਲੇ ਦੁਆਲੇ ਬਣਾ ਨਹੀਂ ਦੇਣਾ, ਕੋਈ ਗੱਲ ਨਹੀਂ, ਇਲੈਕਟ੍ਰਿਕ ਫੀਲਡ ਆ। ਠੀਕ ਆ, ਇਸ ਇਲੈਕਟ੍ਰਿਕ ਫੀਲਡ ਚ ਕਿਤੇ ਵੀ ਇੱਕ ਪੁਆਇੰਟ ਪੀ ਮੰਨਿਆ,
ਆ ਪੁਆਇੰਟ ਪੀ ਤੇ ਮੈਂ ਆਖਿਆ ਪੀ ਪੁਆਇੰਟ ਤੇ ਕੰਮ ਕਰੋ ਪੀ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੱਢ ਕੇ ਦਿਓ ਸਪੇਸ ਦੇ ਵਿੱਚ ਕਿਤੇ ਵੀ ਆ ਜੇ ਕੋਆਰਡੀਨੇਟ ਫਰੇਮ ਵੀ ਨਹੀਂ ਬਣਾਉਣਾ ਚਾਹੁੰਦੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਣੇ ਰਾਜਾ ਕੱਲਾ ਇੱਕ ਦੇ ਪਲੱਸ ਕਿਊ ਬਣਾ ਦਿਓ ਤੇ ਇਧਰ ਵੱਲ ਨੂੰ ਲਕੀਰ ਕੇ ਪੀ ਪੁਆਇੰਟ ਲਗਾ ਦਿਓ ਠੀਕ ਆ ਇਹ ਪੁਆਇੰਟ ਜਿਹੜਾ ਆਇਆ ਬੇਟਾ ਇਸ ਪੀ ਪੁਆਇੰਟ ਤੇ ਮੈਂ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਪਤਾ ਨਹੀਂ ਆਰ ਡਿਸਟੈਂਸ ਜੇ ਵੈਕਟਰ ਫਾਰਮ ਲਗਾਵਾਂ ਤਾਂ ਆਰ ਵੈਕਟਰ ਲਗਾਉਂਦਾ ਇਸ ਡਿਸਟੈਂਸ ਨੂੰ ਆਰ ਵੈਕਟਰ ਸਮਝ ਆ ਰਹੀ ਗੱਲ ਨਹੀਂ ਆ ਰਹੀ ਤਾਂ ਪੀ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਵਾਸਤੇ ਪਹਿਲਾਂ ਤਾਂ ਫੋਰਸ ਪਤਾ ਕਰੀ ਉਹਦੇ ਵਾਸਤੇ ਫੋਰਸ ਵਾਸਤੇ ਇੱਥੇ ਟੈਸਟ ਰੱਖਣਾ ਪਊ ਔਰ ਟੈਸਟ ਚਾਰਜ ਕਿੰਨਾ ਰੱਖਿਆ ਸੀ ਪਤਾ ਨਾ ਹੁਣੀ ਟੈਸਟ ਦੀ ਡੈਫੀਨੇਸ਼ਨ ਕੀ ਬੋਲੀ ਮੈਂ ਟੈਸਟ ਚਾਰਜ ਦੀ ਡੈਫੀਨੇਸ਼ਨ ਬੋਲਿਆ ਇਹ ਪਲੱਸ ਕਿਊ ਨਾਟ ਹੁੰਦਾ ਪੋਜ਼ਿਟਿਵ ਔਰ ਹਮੇਸ਼ਾ ਹੀ ਛੋਟਾ ਹੁੰਦਾ ਇਨਫਾਈਨਾਈਟ ਡੈਸੀਮਲੀ ਸਮਾਲ ਨਾਮ ਇਹਦਾ ਕੋਈ ਹੋਰ ਕਿਊ ਵਨ ਕਿਊ ਟੂ ਵੀ ਕਰਦੇ ਹਾਂ ਪਰ ਹੁਣ ਛੋਟਾ ਇਹਦੀ ਬੇਸ ਡੈਫੀਨੇਸ਼ਨ ਨਹੀਂ ਚੇਂਜ ਹੁੰਦੀ ਤਾਂ ਰਿਪਲਸ਼ਨ ਦਾ ਫੋਰਸ ਲੱਗਿਆ ਬਾਹਰ ਧੱਕਾ ਵੱਜਿਆ ਇੱਥੇ ਔਰ ਫੋਰਸ ਲੱਗਿਆ ਐਫ ਵੈਕਟਰ ਕਿੰਨਾ ਫੋਰਸ ਲੱਗਿਆ ਐਫ ਵੈਕਟਰ ਤਾਂ ਮੈਂ ਐਫ ਦੀ ਵੈਲਿਊ ਲਿਖੂੰਗਾ ਵੈਕਟਰ ਚੱਲਾਂ ਕਿ ਸਕੇਲਰ ਚ ਚੱਲਾਂ ਬੋਲੋ ਪੁੱਤਰੋ ਜਿੱਦਾਂ ਕਹੋਗੇ ਉਦਾਂ ਹੀ ਡੈਰੀਵੇਸ਼ਨ ਕਰ ਦੂੰਗਾ ਕੋਈ ਵਾਲੀ ਗੱਲ ਨਹੀਂ ਦੋਨੋਂ ਤਰੀਕੇ ਸਹੀ ਆ ਠੀਕ ਹੈ ਜਿੱਦਾਂ ਕਹੋਗੇ ਉਦਾਂ ਹੀ ਕਰ ਦੂੰਗਾ ਮੈਂ ਸਕੇਲਰ ਚ ਚੱਲਾਂ ਕਿ ਵੈਕਟਰ ਚ ਚੱਲਾਂ ਬੋਲਦੇ ਨੀ ਲਿਖੋ ਸਪੋਜ਼ ਸਪੋਜ਼ ਪੁਆਇੰਟ ਪੀ ਇਨ ਸਪੇਸ ਸਪੇਸ ਦੇ ਵਿੱਚ ਇੱਕ ਪੁਆਇੰਟ ਪੀ ਮੰਨਿਆ ਸਪੋਜ਼ ਅ ਪੁਆਇੰਟ ਪੀ ਇਨ ਸਪੇਸ ਦੈਟ ਸੱਚ ਦੈਟ ਓ ਪੀ ਇਜ਼ ਇਕੁਅਲ ਟੂ ਆਰ ਜੇ ਵੈਕਟਰ ਲਿਖਣਾ ਤਾਂ ਆਰ ਵੈਕਟਰ ਬਣ ਜੂਗਾ ਠੀਕ ਹੈ ਓ ਤੋਂ ਪੀ ਦੀ ਡਿਸਟੈਂਸ ਆਰ ਓਕੇ ਨਾਓ ਅ ਟੈਸਟ ਚਾਰਜ ਪਲੱਸ ਕਿਊ ਨਾਟ ਇਜ਼ ਪਲੇਸਡ ਐਟ ਪੀ ਉਹਨੂੰ ਪੀ ਤੇ ਪਲੇਸ ਤਾਂ ਇਹਦੇ ਤੇ ਫੋਰਸ ਇਸ ਸੋਰਸ ਚਾਰਜ ਦਾ ਕੌਣ ਇਹ ਸੋਰਸ ਚਾਰਜ ਆ ਸੋਰਸ ਚਾਰਜ ਦਾ ਫੋਰਸ ਕਿੰਨਾ ਲੱਗੂਗਾ ਉਹ ਪਤਾ ਕਰਨਾ ਆਪਾਂ ਨੇ ਨਾ ਦ ਫੋਰਸ ਔਨ ਪਲੱਸ ਯੂ ਨਾਟ ਡਿਊ ਟੂ ਸੋਰਸ ਚਾਰਜ ਪਲੱਸ ਸੋਰਸ ਚਾਰਜ ਪਲੱਸ ਕਿਊ ਨੇ ਕਿੰਨਾ ਫੋਰਸ ਲਗਾਇਆ ਇਹਦੀ ਵੈਲਿਊ ਮੈਂ ਪਿਛਲੇ ਚੈਪਟਰ ਚ ਜਾਊਂਗਾ ਔਰ ਕੂਲਮ ਤੋਂ ਫਿਰ ਲਿਆ ਕੇ ਦਊਂਗਾ ਕੂਲਮ ਦਾ ਚੈਪਟਰ ਦੋ ਹੀ ਲੈਕਚਰ ਤਿੰਨ ਹੀ ਲੱਗੇ ਉਹਦੇ ਵਿੱਚ ਆਪਣੇ ਜੇ ਓਕੇ ਉਹਦੇ ਕੰਪਲੀਟ ਹੋ ਗਏ ਸੀ ਸਾਡਾ ਕੰਮ ਔਰ ਫੋਰਸ ਦੀ ਵੈਲਿਊ ਜਿਹੜੀ ਸੀ ਮਾੜੀ ਜੀ ਯਾਦ ਕਰਾ ਦਾ ਤੁਹਾਨੂੰ 4π ε₀ ਹੁੰਦੀ ਸੀ ਕਿਊ ਵਨ ਕਿਊ ਟੂ ਆਰ ਸਕੇਅਰ ਹੁੰਦਾ ਸੀ ਇਹ ਫਾਰਮੂਲਾ ਹੁੰਦਾ ਸੀ ਸਾਡਾ ਮੈਂ ਇਹਦਾ ਯੂਜ਼ ਕਰ ਰਿਹਾ ਇੱਥੇ ਤਾਂ ਫੋਰਸ ਦੀ ਵੈਲਿਊ ਮੇਰੇ 1/4π ε₀ ਠੀਕ ਹੈ ਕਿਊ ਵਨ ਕਿਊ ਟੂ ਦੀ ਥਾਂ ਤੇ ਕਿਊ ਕਿਊ ਨਾਟ ਦੋ ਚਾਰਜਿਸ ਇੱਕ ਕਿਊ ਤੇ ਕਿਊ ਨਾਟ ਤੇ ਡਿਵਾਈਡ ਬਾਈ ਡਿਸਟੈਂਸ ਦਾ ਸਕੁਅਰ ਤੇ ਡਿਸਟੈਂਸ ਸਾਡੇ ਕੋਲ ਡਿਵਾਈਡ ਬਾਈ ਡਿਸਟੈਂਸ ਦਾ ਸਕੁਅਰ ਇਹ ਬੇਟਾ ਮੇਰੇ ਕੋਲ ਫੋਰਸ ਆ ਗਿਆ 1/4π ε₀ ਕਿਊ ਕਿਊ ਨਾਟ ਬਾਈ ਆਰ ਸਕੁਅਰ ਵੈਕਟਰ ਫਾਰਮ ਚ ਲਿਖਾਂ ਜੇ ਮੈਂ ਵੈਕਟਰ ਫਾਰਮ ਚ ਲਿਖਾਂ ਤਾਂ ਮੈਨੂੰ ਯੂਨਿਟ ਵੈਕਟਰ ਨਾਲ ਮਲਟੀਪਲਾਈ ਕਰਨਾ ਦੇਖੋ ਬੇਟੇ ਗੱਲ ਸੁਣੋ ਬੜਾ ਸਿੰਪਲ ਆ ਦੇਖੋ ਪੰਜ ਚੀਜ਼ਾਂ ਪੜ੍ਹੀਆਂ ਹੋਈਆਂ ਆਪਾਂ ਵੈਕਟਰ ਇਜ਼ ਇਕੁਅਲ ਟੂ ਮੈਗਨੀਟਿਊਡ ਇਨਟੂ ਯੂਨਿਟ ਵੈਕਟਰ ਵੈਕਟਰ ਇਜ਼ ਇਕੁਅਲ ਟੂ ਮੈਗਨੀਟਿਊਡ ਇਨਟੂ ਯੂਨਿਟ ਵੈਕਟਰ ਇਹ ਗੱਲ ਆਪਾਂ ਪੜ੍ਹੀ ਹੋਈ ਜੇ ਇਹਨੂੰ ਵੈਕਟਰ ਫਾਰਮ ਚ ਲਿਖਣਾ ਮੈਗਨੀਟਿਊਡ ਨਾਲ ਯੂਨਿਟ ਵੈਕਟਰ ਦਾ ਮਲਟੀਪਲਾਈ ਕਰ ਦੋ ਭਾਈ ਵੈਕਟਰ ਫਾਰਮ ਆ ਜੂਗੀ ਸਿੰਪਲ ਸਕੇਲਰ ਫਾਰਮ ਲਿਖਣੀ ਉਹ ਵੀ ਆ ਜੂਗੀ ਮੈਂ ਵੈਕਟਰ ਕਰ ਦਿੰਦਾ ਜੇ ਮੈਂ ਇਹਨੂੰ ਵੈਕਟਰ ਲਿਖਾਂ ਹੋ ਗਿਆ ਮੈਗਨੀਟਿਊਡ ਇੰਟੂ ਯੂਨਿਟ ਵੈਕਟਰ ਕਰਨਾ ਪਊਗਾ ਮੈਂ ਇੱਕ ਕੰਮ ਕਰਦਾ ਮੈਂ ਇੱਧਰ ਵੱਲ ਨੂੰ ਯੂਨਿਟ ਵੈਕਟਰ ਆਰ ਕੈਪ ਡਿਫਾਈਨ ਕਰਦਾ ਆਰ ਕੈਪ ਇੱਧਰ ਡਾਇਰੈਕਸ਼ਨ ਚ ਫੋਰਸ ਦੀ ਡਾਇਰੈਕਸ਼ਨ ਚ ਯੂਨਿਟ ਵੈਕਟਰ ਆਰ ਤਾਂ ਇੱਥੇ ਆਰ ਕੈਪ ਨਾਲ ਮਲਟੀਪਲਾਈ ਕੀਤਾ ਵੈਕਟਰ ਇਜ਼ ਇਕੁਅਲ ਟੂ ਮੈਗਨੀਟਿਊਡ ਇੰਟੂ ਯੂਨਿਟ ਵੈਕਟਰ ਇਜ਼ ਇਕੁਅਲ ਟੂ ਮੈਗਨੀਟਿਊਡ ਇੰਟੂ ਯੂਨਿਟ ਵੈਕਟਰ ਮਤਲਬ ਪਲੱਸ 1 ਵਾਲੇ ਕੰਮ ਨੂੰ ਫੋਲੋ ਕਰਕੇ ਫੋਰਸ ਦੀ ਫਾਰਮ ਲਿਖਤੀ ਐਂਡ ਇਟ ਇਜ਼ ਇਕੁਏਸ਼ਨ ਨੰਬਰ 1 ਜਿਹਨੇ ਇੰਨਾ ਕੰਮ ਕਰਤਾ ਉਹਦਾ ਡੈਰੀਵੇਸ਼ਨ ਹੋ ਗਿਆ ਜਿਹਨੇ ਇੰਨਾ ਕੰਮ ਕਰਤਾ ਉਹਦਾ ਡੈਰੀਵੇਸ਼ਨ ਹੋ ਗਿਆ ਬਿਕੋਜ਼ ਇਲੈਕਟ੍ਰਿਕ ਫੀਲਡ ਸਾਡੀ ਡੈਫੀਨੇਸ਼ਨ ਜਿਹੜੀ ਆ ਉਹ ਤਾਂ ਇਹੀ ਬੋਲਦੀ ਆ ਫੋਰਸ ਡਿਵਾਈਡ ਬਾਈ ਡਿਸਚਾਰਜ ਕਰ ਦੋ ਇਹਨੂੰ ਮੈਂ ਬਾਕਸ ਦੇ ਵਿੱਚ ਰੱਖਦਾ ਓਕੇ ਨਾਓ ਫਰੋਮ ਡੈਫੀਨੇਸ਼ਨ ਨਾਓ ਫਰੋਮ ਡੈਫੀਨੇਸ਼ਨ ਆਫ ਇਲੈਕਟ੍ਰਿਕ ਫੀਲਡ ਬੇਟਾ ਇੱਕ ਫੀਲਡ ਦੀ ਡੈਫੀਨੇਸ਼ਨ ਕੀ ਕਹਿੰਦੀ ਆ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਤੇ ਇਲੈਕਟ੍ਰਿਕ ਫੀਲਡ ਕਾਹਦਾ ਇਲੈਕਟ੍ਰਿਕ ਫੀਲਡ ਲਿਖੂੰਗਾ ਇੱਥੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਚਲੋ ਇੱਕ ਡੈਰੀਵੇਸ਼ਨ ਚ ਤਰੀਕੇ
ਭੁਲੇਖਾ ਨਾ ਕਰੋ ਪੁੱਤਰ, ਠੀਕ ਆ। ਇਲੈਕਟ੍ਰਿਕ ਫੀਲਡ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ, ਮੈਂ ਭਾਵੇਂ ਬੇਡੈਫੀਨੇਸ਼ਨ ਅਲੱਗ ਆ, ਪਰ ਆਪਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਨੂੰ ਇਲੈਕਟ੍ਰਿਕ ਫੀਲਡ ਬੋਲਿਆ ਕਰਾਂਗੇ, ਮੈਂ ਵਾਰ ਵਾਰ ਰਿਪੀਟ ਕਰ ਰਿਹਾ। ਆ ਜਾਓ ਮੇਰੇ ਕੋਲੇ ਇਲੈਕਟ੍ਰਿਕ ਇੰਟੈਂਸਿਟੀ ਦੀ ਵੈਲਿਊ ਦਾ ਫਾਰਮੂਲਾ, E ਵੈਕਟਰ ਇਜ਼ ਇਕੁਅਲ ਟੂ ਲਿਮਿਟ Q ਨਾਟ ਟੈਂਡਸ ਟੂ 0, ਬਹੁਤ ਛੋਟਾ ਹੋਣਾ ਚਾਹੀਦਾ, ਐਫ ਵੈਕਟਰ ਅਪੋਨ Q ਨਾਟ। ਡੈਫੀਨੇਸ਼ਨ ਮੈਂ ਚੱਕ ਲਿਆ, ਇਕੁਏਸ਼ਨ ਨੰਬਰ 1 ਤੋਂ ਐਫ ਦੀ ਵੈਲਿਊ ਪੁੱਟ ਕਰ ਦੋ, ਆਨਸਰ ਆ ਗਿਆ। ਐਲ ਡੈਰੀਵੇਸ਼ਨ ਔਖਾ ਔਖਾ, ਇੰਨਾ ਈਜ਼ੀ ਡੈਰੀਵੇਸ਼ਨ, ਠੀਕ ਆ, ਫਰੋਮ ਇੱਕ ਨੰਬਰ ਇਕੁਏਸ਼ਨ ਵੈਲਿਊ ਪੁੱਟ ਕਰਤੀ, ਤਾਂ ਈ ਵੈਕਟਰ ਮੇਰੇ ਕੋਲ ਕਿੰਨਾ ਆਇਆ, ਇਹ ਆਇਆ ਲਿਮਿਟ। ਲਿਮਿਟ ਜੇ ਹੋਈ ਤਾਂ ਲਾ ਦਾਂਗੇ, ਨਹੀਂ ਤੈਨੂੰ ਕੈਂਸਲ ਕਰ ਦਾਂਗੇ, ਛੱਡ ਦਾਂਗੇ। ਮਤਲਬ ਅਸੀਂ ਇਹਦੀ ਵੈਲਿਊ ਅਪਰੋਕਸੀਮੇਟ 0 ਇਸ ਨੂੰ ਲੱਗਦੀ ਹੁੰਦੀ ਲਿਮਿਟ ਕਰ, ਮੈਥਮੈਟਿਕਸ ਵਾਲਿਆਂ ਨੂੰ ਜ਼ਿਆਦਾ ਪਤਾ, ਸੀ ਦੇ ਵਿੱਚ ਲਾਉਂਦੇ ਆ, ਇੱਥੇ ਆਪਾਂ ਲਾਉਣ ਦੀ ਲੋੜ ਨਹੀਂ। ਵੈਸੇ ਇੱਕ ਹੀ ਸਵਾਲ ਆ ਬਸ, 1 upon Q ਨਾਟ ਇੱਥੇ ਆ ਗਿਆ, ਇਹਦੀ ਵੈਲਿਊ ਫਰੋਮ 1 ਪੁੱਟ ਕੀਤੀ, ਤਾਂ 1 upon 4 pi ਐਪਸਾਈਲਨ ਨਾਟ Q Q ਨਾਟ ਬਾਏ ਆਰ ਸਕੁਅਰ ਤੇ ਨਾਲ ਆਰ ਕੈਪ। ਤਾਂ ਬੇਟਾ Q ਨਾਟ ਦੇ ਨਾਲ Q ਨਾਟ ਉੱਡ ਗਿਆ, Q ਨਾਟ ਦੇ ਨਾਲ Q ਨਾਟ ਉੱਡ ਗਿਆ, ਲਿਮਿਟ ਤੇ ਲਾਵਾਂ Q ਨਾਟ ਤਾਂ ਖਤਮ ਹੋ ਗਿਆ, ਤਾਂ ਲਿਮਿਟ ਵੀ ਹਟ ਗਈ। ਤਾਂ ਮੇਰੇ ਕੋਲ ਆਂਸਰ ਆ ਬੇਟਾ, ਇਲੈਕਟ੍ਰਿਕ ਫੀਲਡ ਦਾ ਫਾਰਮੂਲਾ ਕੀ ਆ, 1/4 pi ਐਪਸਾਈਲਨ ਨਾਟ Q ਬਾਏ ਆਰ ਸਕੁਅਰ ਇੰਟੂ ਨਾਲ ਆਰ ਕੈਪ, ਇਹ ਵੈਕਟਰ ਫਾਰਮ ਆ ਗਈ ਬੇਟਾ, ਆਂਸਰ ਆ ਗਿਆ ਤੁਹਾਡਾ, ਰਿਜ਼ਲਟ ਆ ਗਿਆ ਰਿਜ਼ਲਟ। ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿੰਨਾ, ਇੰਨਾ ਡਾਇਰੈਕਟ ਹੀ ਆ ਫੋਰਸ ਵਾਲੀ, ਕਿਉਂਕਿ ਉਹ ਮੈਂ ਪਹਿਲਾਂ ਹੀ ਦੱਸ ਚੁੱਕਿਆ, ਫੋਰਸ ਜੇ ਬਾਹਰ ਨੂੰ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਵੀ ਇੱਧਰ ਵੱਲ ਨੂੰ, ਇੱਥੇ ਲਿਖ ਦਿਓ ਈ ਵੈਕਟਰ, ਈ ਵੈਕਟਰ ਇਹ ਫੋਰਸ ਦੀ ਡਾਇਰੈਕਸ਼ਨ ਬੇਟੇ ਜੀ, ਠੀਕ ਆ। ਜੇ ਮੈਂ ਇਹਦਾ ਮੈਗਨੀਟਿਊਡ ਲਿਖਣਾ ਹੋਵੇ ਫੇਰ, ਐਂਡ ਦ ਮੈਗਨੀਟਿਊਡ ਐਂਡ ਦ ਮੈਗਨੀਟ ਆਫ ਇਲੈਕਟ੍ਰਿਕ ਫੀਲਡ, ਇਹ ਮੈਨੂੰ ਤਾਂ ਇਕੱਲਾ ਮੈਗਨੀਟਿਊਡ ਚਾਹੀਦਾ, ਮੈਂ ਇਕੱਲੀ ਵੈਲਿਊ ਚਾਹੀਦੀ ਆ, ਠੀਕ ਆ। ਮੈਨੂੰ ਡਾਇਰੈਕਸ਼ਨ ਤੋਂ ਕੀ ਲੈਣ ਦੇ, ਡਾਇਰੈਕਸ਼ਨ ਤਾਂ ਅੰਡਰਸਟੂਡ ਆ ਮੇਰੇ ਵਾਸਤੇ, ਡਾਇਰੈਕਸ਼ਨ ਮੈਨੂੰ ਪਤਾ ਕਿ ਵੈਕਟਰ ਫਾਰਮ ਦੀ ਮੈਨੂੰ ਲੋੜ ਹੀ ਨਹੀਂ, ਠੀਕ ਹੈ। ਤਾਂ ਫਿਰ ਮੈਂ ਇਲੈਕਟ੍ਰਿਕ ਫੀਲਡ ਵੈਕਟਰ ਹਟਾ ਦੂੰਗਾ, ਉੱਧਰ ਹਟ ਜੂਗਾ, ਮੈਂ ਤਾਂ ਇਕੱਲਾ ਮੈਗਨੀਟਿਊਡ ਚਾਹੀਦਾ, ਔਰ ਮੈਗਨੀਟਿਊਡ ਇਕੁਅਲ ਟੂ ਮੈਗਨੀਟਿਊਡ ਇਨਟੂ ਯੂਨਿਟ ਵੈਕਟਰ, ਮੈਗਨੀਟਿਊਡ ਆ ਸਾਡਾ। ਤਾਂ ਮੈਗਨੀਟਿਊਡ ਕਿੰਨਾ, 1/4 pi ਐਪਸਾਈਲਨ ਨਾਟ Q by R square. This is the value of electric field intensity at point P. A magnitude, beta, this is very important relation. Bahut, bahut important relation. Ethyu keda charge hai, beta, bolo. Sorsak test. Dasso bhai. Q keda charge hai? Sorsar. Bolda hi nahi koi. ਜਾਗਦੇ ਹੋ, ਸੋਰਸ ਚਾਰਜ ਸਰ ਜੀ, ਕਿਉਂ ਦੇਖੋ ਆ ਸੋਰਸ ਹੁੰਦਾ ਟੈਸਟ ਹੁੰਦਾ, ਤੇ ਮੈਂ ਹਮੇਸ਼ਾ ਕਿਉਂ ਨਾਟ ਲਿਖੂੰਗਾ, ਤਾਂ ਸਾਡੇ ਕੋਲ ਤਾਂ ਕਿਉਂ ਆ ਪੁਆਇੰਟ ਚਾਰਜ, ਸੋਰਸ ਚਾਰਜ ਬੋਲੇਗਾ ਇਸ ਕੋ, ਠੀਕ ਹੈ, ਪੁਆਇੰਟ ਚਾਰਜ ਆ ਸੋਰਸ ਚਾਰਜ, ਇਹ ਸੋਰਸ ਚਾਰਜ ਆ ਪਹਿਲੀ ਗੱਲ, ਇਹ ਸੋਰਸ ਚਾਰਜ ਆ, ਸਮਝ ਆ ਰਹੀ ਗੱਲ ਕਿ ਨਹੀਂ? ਓਕੇ, ਇਹ ਸਾਡੇ ਕੋਲ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਫਾਰਮੂਲਾ ਡਿਊ ਟੂ ਅ ਪੁਆਇੰਟ ਚਾਰਜ, ਇੱਕ ਪੁਆਇੰਟ ਚਾਰਜ ਦਾ ਕਿਸੇ ਵੀ ਪੁਆਇੰਟ ਪੀ ਤੇ, ਜਿਸ ਆਰ ਤੇ ਆ, ਆਰ ਡਿਸਟੈਂਸ ਪੀ ਪੁਆਇੰਟ ਤੇ ਜਿਹੜਾ ਇਲੈਕਟ੍ਰਿਕ ਫੀਲਡ ਆ ਉਹਦੀ ਵੈਲਿਊ ਹੁੰਦੀ 1/4 εr² ਕਿਊ ਬਾਏ ਆਰ ਸਕੁਅਰ, ਇਹ ਉਹਦੇ ਵਰਗੀ ਫੋਰਸ ਵਰਗੀ, ਕੂਲਮ ਦੇ ਫੋਰਸ ਵਰਗੀ, ਕੂਲਮ ਦਾ ਫੋਰਸ ਦਾ ਸੀ ਕਿਊ ਕਿਊ ਨਾਟ ਬਾਏ ਆਰ ਸਕੁਅਰ, ਉੱਡ ਗਿਆ ਕਿਊ ਬਾਏ ਆਰ ਸਕੁਅਰ ਰਹਿ ਗਿਆ, ਟੈਸਟ ਉੱਡ ਗਿਆ ਸੋਰਸ ਚਾਰਜ ਰਹਿ ਗਿਆ, ਡਿਵਾਈਡ ਬਾਏ ਆਰ ਸਕੁਅਰ ਲੱਗਿਆ ਹੋਇਆ। ਓਕੇ, ਕੁਛ ਸ਼ੱਕ ਕਿਸੇ? ਹਾਂਜੀ ਬੇਟਾ, ਤਾਂ ਕੰਟੀਨਿਊ ਕਰਾਂਗੇ ਇਸ ਤੋਂ ਬਾਅਦ, ਅਗਲਾ ਟੌਪਿਕ ਇਸ ਤੋਂ ਬਾਅਦ ਨੈਕਸਟ ਟੌਪਿਕ, ਧਿਆਨ ਨਾਲ ਸੁਣ ਲਿਓ, ਮੈਨੂੰ ਲੱਭ ਲਿਆ ਇਹਦੇ ਇੱਕ ਗੱਲ ਹੋਰ, ਇਹ ਇਲੈਕਟ੍ਰਿਕ ਫੀਲਡ ਸਫੈਰੀਕਲੀ ਸਿਮੈਟ੍ਰਿਕ ਆ, ਐਰੋ ਲਾ ਕੇ ਲਿਖਿਓ, ਦਿਸ ਇਲੈਕਟ੍ਰਿਕ ਫੀਲਡ ਇਜ਼ ਸਫੈਰੀਕਲੀ ਸਿਮੈਟ੍ਰਿਕ। ਸਫੈਰੀਕਲੀ ਸਿਮੈਟ੍ਰਿਕ ਦਾ ਮਤਲਬ ਕੀ ਹੁੰਦਾ, ਬੜੀ ਅਜੀਬ ਚੀਜ਼ ਹੈ ਸਫੈਰੀਕਲੀ ਸਿਮੈਟ੍ਰਿਕ, ਹੈ ਨਾ, ਦਿਸ ਇਲੈਕਟ੍ਰਿਕ ਫੀਲਡ ਇਜ਼ ਸਫੈਰੀਕਲੀ ਸਿਮੈਟ੍ਰਿਕ, ਇਹਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਹੁੰਦਾ
कि इलेक्ट्रिक फील्ड डायरेक्टली प्रोपोर्शनल 1/r² है, बाकी सारे कांस्टेंट का। जितना डिस्टेंस वधूगी चारे पावे इधर वधाने इधर वधा लो पावे इधर वधाने इधर वधा लो r नु वधा लो, जे r वधी तो इलेक्ट्रिक फील्ड घटूगा, जे r वधिया तो इलेक्ट्रिक फील्ड घटूगा, r घटिया तो इलेक्ट्रिक फील्ड वधूगा। समझ आ रही गल कि नहीं आ रही? r वधिया तो इलेक्ट्रिक होगा, r घटिया तो इलेक्ट्रिक फील्ड वधूगा, स्फेरिकली सिमिट लूगा, चारे पासे नु इक्को जिहा, चारे पास पॉइंट चार्ज जे इत्थे आ तां जिन्ना इलेक्ट्रिक फील्ड मीटर ते इधर आ उन्ना ही उपर होगा, उन्ने परले पासे होगा, उन्ने नीचे वाले, उन्ने इधर वाले पासे, उन्ना तुहाडे वाले पासे, सारे पासे एक मीटर बराबर दा इलेक्ट्रिक फील्ड होगा, तां करके बोलदे स्फेरिकली सिमिट्रिक। एंड ऑलसो एक होर दसा, जिहड़ा पॉजिटिव दा इलेक्ट्रिक फील्ड बाहर वाल नूं आ, पॉजिटिव ऑलसो पॉजिटिव दा इलेक्ट्रिक फील्ड दी डायरेक्शन बाहर वाल होगी, प्लस क्यू दा इलेक्ट्रिक फील्ड बाहर होगा, चारे पासे स्फेरिकली सिमिट्रिक बाहर वाल नूं, और नेगेटिव चार्ज दा इलेक्ट्रिक फील्ड जिहड़ा आ, मन खुदा ना खासता तुसीं नेगेटिव चार्ज ले लो, मन लो भी इत्थे मैं माइनस क्यू लिखता सोर्स चार्ज, मैं तो फोर्स रिपल्सिव लगूगा अट्रैक्ट लगू, बोलो भाई आ माइनस आ प्लस क्यू, फोर्स अट्रैक्टिव या रिपल्सिव लगू, मैं एक चेंज करता आ माइनस क्यू आ प्लस क्यू, आ फोर्स अट्रैक्शन का आजूगा, फोर्स बाहर लगन की बजाय फोर्स अंदर वालू लगन जाएगी, जे फोर्स अंदर लगेगा तो इलेक्ट्रिक फील्ड अंदर होगा, यदा मतलब माइनस का इलेक्ट्रिक फील्ड अंदर वाल, तो इसे काम जो है नवा बना, नीचे डायग ड्रॉ कर लो, छोटी छोटी गल्ला काम आई एरो उदा दें लगनी, पर ऐसी डायरेक्शन जी अंदर वाल होगी, ठीक है, इन्हों फील्ड भी बोलते हैं, वह आप अगे पढ़ा। मैं पूरी उम्मीद बेटा तुम्हें समझ आ गया, इस तरह इलेक्ट्रिक फील्ड जो पॉइंट चार्ज ਉਹਦੇ ਬੇਸਿਕ ਫੰਡੇ, ਠੀਕ ਹੈ। ਅਗਲੀ ਗੱਲ ਆ, ਮੈਂ ਹੁਣ ਇੱਕ ਕੰਮ ਕਰਾਉਂਗਾ ਤੁਹਾਨੂੰ, ਉਹਨੂੰ ਬੋਲਦੇ ਚਾਰਜ ਡਿਸਟ੍ਰੀਬਿਊਸ਼ਨ, ਲਿਖਿਓ ਚਾਰਜ ਡਿਸਟ੍ਰੀਬਿਊਸ਼ਨ। ਚਾਰਜ ਡਿਸਟ੍ਰੀਬਿਊਸ਼ਨ ਤਿੰਨ ਤਰ੍ਹਾਂ ਦਾ ਬੇਟਾ, ਲਿਖਿਓ ਯੂਨੀਫਾਰਮ ਚਾਰਜ ਡਿਸਟ੍ਰੀਬਿਊਸ਼ਨ, ਯੂਨੀਫਾਰਮ चार्ज डिस्ट्रीब्यूशन, यूनिफॉर्म चार्ज डिस्ट्रीब्यूशन, यूनिफॉर्म चार्ज डिस्ट्रीब्यूशन का मतलब चार्ज की एक वंड, जिदा आप फर्श आ एक पदरा जहा फर्श आ जमा प्लेन, मैं उसे पानी डोलता तो पानी यूनिफॉर्म सारे पास वंडिया जाता, ठीक है, जो नॉन यूनिफॉर्म होगा तो जिथे डूंगा हो पानी इकट्ठा हो जाऊगा, जो यूनिफॉर्म आ तो जो पानी डोले सारे पास एक वंडिया जाऊगा, उन्होंने यूनिफॉर्म डिस्ट्रीब्यूशन। समझ आ रही गल कि नहीं? एक स्पंज का पीस आ मेरे को, उस पीस में मैं पानी च लिया, पानी डिपता तो उस स्पंज के पानी भर जूगा, यूनिफॉर्म डिस्ट्रीब्यूशन ऑफ वाटर, एको वाटर की वंड होगी, ए नहीं भी एक पास स्पंज ज्यादा पानी भर गया दूजे पास घट गया, सारे पास स्पंज एको जहा भरया जाऊगा, कॉटन कॉटन भी इदा ही है, ठीक है, एको जहा भरया जाऊगा। गल समझ आ रही कि नहीं आ रही? इन बोलते यूनिफॉर्म चार्ज डिस्ट्रीब्यूशन, यानी कि जदों किसी चार्ज मिले और से चार्ज एक हो जाए, मैं बोलूंगा यूनिफॉर्म चार्ज डिस्ट्रीब्यूशन होया है। यूनिफॉर्म चार्ज डिस्ट्रीब्यूशन तीन टाइप का है, जो मेन काम अपना, ठीक है, नंबर एक लीनियर चार्ज डिस्ट्रीब्यूशन, पहला लीनियर चार्ज डिस्ट्रीब्यूशन, कोई डेफिनेशन नहीं आपने इस तरह क्योंकि इदा नहीं आता व्हाट इज चार्ज डिस्ट्रीब्यूशन ना, पर तुहानू फंडा क्लीयर होना चाहिए तो बिना तुहाडे कि चलने, ठीक है। लीनियर चार्ज डिस्ट्रीब्यूशन, लाइन ते चार्ज दा डिस्ट्रीब्यूशन, मान लो मेरे को एक तार आ, देखो मैं इस तार नू चार्ज देता और चार्ज सारी तार ते दोबारा वंड हो गए एको जिहा, प्लस क्यू चार्ज मैं दिता और सारी दी सारी तार ते एको जिहा वंड हो गया, इहनू बोलदे लीनियर चार्ज डिस्ट्रीब्यूशन। मान लो जरूरी नहीं तार सीधी होवे, तार इदां दी आवे गी टेढ़ी जिहा, देखो तार इदा दी है, इन्हू भी चार्ज दिता। हुण मैनू एक गल दसो, एक पाइप आ, पाइप पई हुई है, वह पाइप इदा बड़ावें मार के रखी हुई है, असी उह चलाती पानी चलाता, उस मैनू दसो वी पानी किदां ट्रैवल करूगा, जिदा जिदा पाइप पई है उदों दे ट्रैवल करू, गोल गोल घूमी जाऊगा, जे पाइप गोल पई, जे पाइप इदा पानी में चली जाऊ, पर यूनिफॉर्मली डिस्ट्रीब्यूट होगा, सारी दी सारी पाइप दे विच इक्को जिहा चलूगा, ओके, उही चीज इत्थे आ बेटा। तां साडे कोले जिदा हैगा तार वंड हो जू, पर
आ चुको ठीक है ये चार दस क्यू सारी मंड हो गया मानो यदि लेंथ एल आ जिदा है जोड़ ली अपने यदि लेंथ भी एल आई वाली है एल लेंथ से प्लस चार्ज की जो वंड हो जाए मैं बोलूंगा लीनियर चार्ज डिस्ट्रीब्यूशन हो गया है चार्ज डिस्ट्रीब्यूशन हो गया लीनियर चार्ज डिस्ट्रीब्यूशन हो गया जो लीनियर चार्ज डिस्ट्रीब्यूशन हो गया तो बेटा ये एक डेफिनेशन आती है लीनियर चार्ज डेंसिटी दिस इज वेरी इंपॉर्टेंट डेफिनेशन लीनियर चार्ज डेंसिटी चार्ज डेंसिटी का मतलब चार्ज अपॉन वॉल्यूम वॉल्यूम तो है ही नहीं इतने लिखा चार्ज जिथे रहा जो लेंथ से रहा तो लेंथ करेंगे डिवाइड जो वॉल्यूम से रहा तो वॉल्यूम डिवाइड करा जो सरफेस से रहा तो सरफेस से डिवाइड करा इसे बिहार तीन क्लासीफिकेशन है सर ठीक है बेटा तो लिखा लीनियर चार्ज डेंसिटी दिस इज इक्वल चार्ज जिन्ना चार्ज दिता वह डिवाइड बाय उसकी लेंथ तार की चार्ज लेंथ यानी कि इसका सिंबल है लैम्बडा चार्ज डेंसिटी का सिंबल लैम्बडा इज इक्वल टू अपॉन एल वेरी इंपॉर्टेंट ध्यान रखियो मैं इतने एक छोटी जी गल होर दसदा मन लो इहदा निक्का जिहा पार्ट चक्या मैं छोटा जिहा आ रहा निक्का इस छोटे जे पार्ट का इस निक्के जे पार्ट का लेंथ हैगी है डी एल और चार्ज इहदे ते हैगा डी क्यू मैं आपका दराज बनाया मैं की कर तार दा छोटा पार्ट चक्या उस छोटे जे पार्ट दी चार्ज पाता मैं डी छोटा चार्ज डी और छोटे डी एल छोटी लेंथ डी एल छोटा डी क्यू तो बेटा जे मैं क्यू अपॉन एल दी जो वैल्यू आ सेम वैल्यू बेटे इतने डी क्यू बाय डी भी होगी डी क्यू बाय डी एल इन्हां चो कोई भी यूज कर ठीक है डी क्यू बाय जो सूट आता यूज कर लो जिदी लोड है वो यूज कर लो भावे लैमडा क्यू बाय एल यूज कर लो भावे लैमडा डी क्यू डी एल यूज कर लो दोनों ही सही है एक तरह का चार्ज डिस्ट्रीब्यूशन मेरा कम एच इन्ना कर लो ना बड़ा ही वधिया एदी एसआई यूनिट हो नाल ही एदी एसआई यूनिट होगी चार्ज अपॉन चार्ज भी होगी कूलम अपॉन लेंथ होगी मीटर कूलम पर मीटर एदी एसआई यूनिट होगी कूलम पर मीटर डायमेंशन भी फाइंड की जा सकती है ठीक है आ जाओ नंबर दो सरफेस चार्ज डिस्ट्रीब्यूशन तो देखते सारी क्लीयर होगी डेफिनेशन की है जे लेंथ ते जे लाइन ते चार्ज की वंड आगे लीनियर चार्ज डिस्ट्रीब्यूशन और जे सरफेस ते चार्ज की वंड आ एक प्लेट प्लेट मैटल की मैं उस मैटल प्लेट नूं चार्ज दिता तो वह चार्ज मेटल प्लेट से चारे पासे ही फैलूगा है ही सरफेस वॉल्यूम है ही जो प्ले बोलता मैं प्लेट आ तो प्लेट के सरफेस से ही जाऊगा बेटा क्लीयर है कि नहीं क्लीयर आ जाओ सरफेस चार्ज डिस्ट्रीब्यूशन सरफेस चार्ज डिस्ट्रीब्यूशन के होंगे सरफेस होंगे मेरे को मेरे को सरफेस आ सरफेस मैं एरिया ए मान लिया इहदा एरिया मान लिया मैं कैपिटल ए ओके और इहनूं चार्ज दिता चार्ज इहदे सारे ते वंड हो गया सरफेस सरफेस ते वंड होया ओके इहदा सरफेस एरिया ए और इहनूं चार्ज दिता प्लस क्यू जिदा वर दिता सी चार्ज दिता इहनूं क्या बेटा प्लस क्यू तो इहदे विच डेफिनेशन जे लीनियर चार्ज डेंसिटी सी तो इहदे विच कीड़ी आऊगी लीनियर या सरफेस बोलो ये आऊगी सरफेस चार्ज डेंसिटी और सरफेस डेंसिटी क्योंकि चार्ज आदि सरफेस से है पिछली बार लाइन से लग अपॉन लेंथ लिखती अजकल चार्ज सरफेस चार्ज अपॉन फेस एरिया लिख दो चार्ज अपॉन सरफेस एरिया बेटा ये साढ़े को सरफेस चार्ज डेंसिटी है सरफेस चार्ज डेंसिटी सिगमा सरफेस चार्ज डेंसिटी फंडा है सिगमा समझ आ रही नहीं आ रही सिंपल दिस इज इक्वल टू चार्ज अपॉन एरिया फिर एक छोटी गल मैं वर्गी होर करदा ठीक है की गल करदा छोटा जा एरिया मान लो ये एक निक्का जा एरिया ठीक है कितने मान लो नीचे वाले पास मान लें छोटा जा एरिया मान लिया ये छोटा जा एरिया डी क्यू है चार्ज और डी ए एरिया
डी चार्ज डी ए डी क्यू अपॉन डी ए कई किताबों डी एस लिखा होंगे एरिया एको गल ही भी एस आई यूनिट है को एस आई यूनिट होगी चार्ज की कूलम अपॉन एरिया की मीटर स्क्वेयर कूलम पर मीटर स्क्वेयर कूलम पर मीटर स्क्वेयर चार्ज अपॉन एरिया ते लास्ट वन इज वॉल्यूम चार्ज डेंसिटी लास्ट हैगी वॉल्यूम चार्ज डेंसिटी उस वॉल्यूम डिस्ट्रीब्यूशन होंगे जिदा मान लो गोला जिदा सपंज सपंज नूं पानी च भर तो वॉल्यूम वाटर डिस्ट्रीब्यूशन होया उस समझ आ रही गल कि नहीं आ रही उस पानी उहदे विच वड़ गया तो इदां दी चीजां जिह च चार्ज विच वड़ जावे देखो गल सुन दिंदा तुहानूं कंडक्टर दे अंदर नहीं वड़दा यह गल मैं तुहानूं कल वाले लैक्चर बहुत डिटेल च दसां भी एक कंडक्टिंग स्फीयर गोला भावें ऑलरेडी लै लिओ ठीक है भरिया होया गोला पर है मैटल का उन्होंने जिन्ना मर्जी चार्ज देई जाए वह तो सिर्फ वो सरफेस से रिजाइड करता वो अंदर बढ़ते ही नहीं क्योंकि वह इलैक्ट्रिक फील्ड होंगे नहीं गल समझ नहीं आ रही ठीक है वो सरफेस ही रहेगा चार्ज तो उत्थे सरफेस चार्ज डेंसिटी आऊगी पर जे तुम नॉन कंडक्टिंग स्फीयर एक मान लो भी नॉन कंडक्ट कोई इंसुलेट प्लास्टिक का स्फीयर ले लिया तो प्लास्टिक गोले दे विच भी चार्ज जाऊगा बचते भरिया हो खाली ना हो ठीक है लिख दो तीजा लिखांगे वॉल चार्ज डिस्ट्रीब्यूशन ते साडा इह लास्ट टॉपिक दा वॉल्यूम चार्ज डिस्ट्रीब्यूशन वॉल्यूम देखो स्पीड थोड़ी जी करनी पेगी क्योंकि जो स्पीड ना की अपना सिलेबस बहुत ज्यादा आ और वो होना नहीं जाना तो बड़े जोर ला के होना वॉल्यूम चार्ज डिस्ट्रीब्यूशन आ मेरे को एक सॉलिड स्फीयर आ सॉलिड नॉन कंडक्टिंग स्फीयर नोट लो सॉलिड नॉन कंडक्टिंग स्फीयर यदि वॉल्यूम मैं मान लेना यदि वॉल्यूम बी आ चार्ज दिता चार्ज सारे दे विच बंड हो गया सारे दे विच डायमेंशन च वंडिया गया ठीक है इनू बोलांगे प्लस क्यू चार्ज दिता आपां ने जे प्लस चार्ज दिता आपां ने इत्थे ते इहदी वॉल्यूम चार्ज डिस्ट्रीब्यूशन हो गया सारे सारे गोले च ध्यान रख लियो इस गल दा इहदे विच वॉल्यूम चार्ज डेंसिटी की आऊगी पुत्रो वॉल्यूम चार्ज डेंसिटी वॉल्यूम चार्ज डेंसिटी इज इक्वल टू चार्ज अपॉन वॉल्यूम चार्ज अपॉन वॉल्यूम चार्ज अपॉन लेंथ चार्ज अपॉन एरिया चार्ज अपॉन वॉल्यूम ओके चार्ज अपॉन वॉल्यूम चार्ज हो गया क्यू तो वॉल्यूम किन्नी मान लो वॉल्यूम बी तो यह सिंबल भी चेंज हो गया सिंबल हैगा रो यदा सिंबल हैगा रो एंड इज इक्वल टू चार्ज अपॉन वी हम चेंज करना पऊ मान लो मैं छोटा जहा एक क्यू मान लिया देखो क्यू क्यूब एक वधिया बन जाता ना क्यू थोड़ा जहा आ देखो ये छोटा जहा वॉल्यूम मैं डी वी मान लिया इतने चार्ज डी क्यू आ छोटी जी डी वी छोटा जहा चार्ज डी क्यू छोटी जी वॉल्यूम डी वी छोटा चार्ज डी क्यू तो इनू डी क्यू अपॉन डी वी लिख दूंगा ठीक है ये आऊगा एस आई यूनिट कूलम पर मीटर क्यू बेटे किसी भी बच्चे कोई शक वो बच्चा कर ले ठीक है मेरे को चार्ज डिस्ट्रीब्यूशन सारे का सारा ठीक है लीनियर चार्ज डिस्ट्रीब्यूशन सरफेस चार्ज डिस्ट्रीब्यूशन एंड वॉल्यूम चार्ज डिस्ट्रीब्यूशन।